ਸਿੱਧੂਪੁਰ ਅੱਜ ਤੁਹਾਡੇ ਨਾਲ ਵੀਰੋ ਗੱਲ ਕਰਨ ਲੱਗੇ ਆ। ਅੱਜ ਪਿੰਡ ਭਾਵਲ ਵਾਸੀ ਜੋ ਕਿ ਆਪਣੇ ਅਬੋਹਰ ਦੇ ਲਾਗੇ ਪੈਂਦਾ, ਉੱਥੋਂ ਦਾ ਇੱਕ ਮਜ਼ਦੂਰ ਪਰਿਵਾਰ, ਉਹ ਵਿਚਾਰੇ ਮਜ਼ਦੂਰੀ ਕਰਨ ਬਾਹਰ ਗਏ ਸੀ, ਕਿਤੇ ਨਰਮਾ ਚੁੱਕਣ ਗਏ ਸੀਗੇ। ਪਿੱਛੋਂ ਘਰ ਨੂੰ ਤਾਲੇ ਲੱਗੇ ਹੋਏ ਸੀਗੇ, ਪਿੱਛੋਂ ਮਤਲਬ ਪਤਾ ਨਹੀਂ ਕੋਈ ਸ਼ੋਰਟ ਸਰਕਟ ਹੋਇਆ ਜਾਂ ਕੋਈ ਕੀ ਹਰਕਤ ਹੋਈ ਕੀ ਨਹੀਂ ਹੋਈ, ਉਹ ਜਾਂਚ ਦਾ ਵਿਸ਼ਾ। ਪਰ ਉਹਨਾਂ ਦਾ ਬਹੁਤ ਜ਼ਿਆਦਾ ਵਿਚਾਰਿਆਂ ਦਾ ਨੁਕਸਾਨ ਹੋ ਗਿਆ। ਉਹਨਾਂ ਨੇ ਆਪਣੀ ਬੇਟੀ ਵਾਸਤੇ ਜੋ ਵੀ ਆਪਣਾ ਵਿਆਹ ਦਾ ਸਮਾਨ ਵਗੈਰਾ ਬਣਾਇਆ ਸੀ, ਉਹ ਵੀ ਸੜ ਕੇ ਸਵਾਹ ਹੋ ਗਿਆ। ਸਾਡੀ ਪ੍ਰਸ਼ਾਸਨ ਨੂੰ, ਡੀਸੀ ਮੈਡਮ ਨੂੰ ਅਤੇ ਸਰਕਾਰ ਨੂੰ ਇਹ ਬੇਨਤੀ ਹੈ ਕਿ ਉਹਨਾਂ ਵਿਚਾਰਿਆਂ ਦੀ ਬਾਂਹ ਫੜੀ ਜਾਵੇ। ਕਿਉਂਕਿ ਦੇਖੋ, ਮਜ਼ਦੂਰ ਦਿਹਾੜੀ ਕਰਕੇ ਕਿੰਨਾ ਕਮਾ ਲੈਂਦਾ, 300 ਰੁਪਈਆ, 400 ਰੁਪਈਆ, 500 ਰੁਪਈਆ, ਠੀਕ ਹੈ। ਉਹਨਾਂ ਨੇ ਪਤਾ ਨਹੀਂ ਕਿੰਨੇ ਸਾਲ ਮਿਹਨਤ ਕਰਕੇ ਉਹ ਸਮਾਨ ਜੋੜਿਆ ਹੋਊਗਾ। ਪ੍ਰਸ਼ਾਸਨ ਨੂੰ, ਡੀਸੀ ਮੈਡਮ ਨੂੰ ਬੇਨਤੀ ਆ ਵੀ ਕਿਸੇ ਨਾ ਕਿਸੇ ਫੰਡ 'ਚੋਂ ਉਹਨਾਂ ਦੀ ਸਹਾਇਤਾ ਕੀਤੀ ਜਾਵੇ ਤਾਂ ਜੋ ਉਹ ਦੁਬਾਰਾ ਉਸੇ ਲੀਹ 'ਤੇ ਆ ਸਕਣ। ਅਸੀਂ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਵੱਲੋਂ ਵੀ ਇਹ ਮੰਗ ਕਰਦੇ ਹਾਂ ਸਰਕਾਰ ਤੋਂ, MLA ਸਾਹਿਬ ਨੂੰ ਵੀ ਕਹਿੰਦੇ ਹਾਂ ਵੀ ਇਹਨਾਂ ਦੀ ਜ਼ਰੂਰ ਬਾਂਹ ਫੜਨ, ਕਿਉਂਕਿ ਇਹ ਇੱਕ ਦੁਖੀ ਪਰਿਵਾਰ ਆ। ਜੇ ਅੱਜ ਆਪਾਂ ਨਾ ਬਾਂਹ ਫੜਾਂਗੇ ਤਾਂ ਕੌਣ ਇਹਨਾਂ ਦੀ ਬਾਂਹ ਫੜੂਗਾ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।